वीडियो सामने आया समरे का, तो सिरसा उन्होंने भी सोशल मीडिया से एक्स से अपना जिहड़ा हैगा एक उन्होंने पोस्ट पाई कि दिल्ली गुरुद्वारा कमेटी का बजट 130 करोड़ रुपए का है। 2022 जी सी वह सानू जी प्राप्ति सी 143 करोड़ रुपए से कि असी 10,000 करोड़ की मनी ट्रांसफर किवें कर गए। देखो ये कल्ले मनजिंदर सिंह सिरसा जी के कहने के नाल क्लीन चिट नहीं दी जा सकती। साहब तुसी हालांकि सोशल मीडिया से दस दिता जो समरा उन्होंने दोष लाया वीडियो विच जी बाजी की कहना चाहोगे जी? ਅਸੀਂ ਕਹਿਣਾ ਕਿ ਮੇਰੇ ਤੇ ਬੜੀ ਹੈਰਾਨਗੀ ਹੋ ਰਹੀ ਹੈ। ਜੇ ਦੋਸ਼ ਵਾਲੀ ਤੇ ਗਲਤਾਂ ਹੁੰਦੀ ਕੋਈ ਦੋਸ਼ ਹੋਵੇ ਤੇ ਬੰਦਾ ਕਹਿੰਦਾ 10,000 ਕਰੋੜ ਰੁਪਏ ਆਏ, ਹੁਣ ਦੱਸੋ ਕੀ ਕਹੀਏ ਇਹੋ ਜਿਹੇ ਬੰਦੇ ਨੂੰ? ਹੱਸ ਹੀ ਸਕਦੇ ਹਾਂ। ਦਿੱਲੀ ਕਮੇਟੀ ਚਾਹੁੰਦੀ ਹੈ ਕਿ ਇਹ ਦੋਸ਼ ਜਿਹੜੇ ਮਨ ਘੜਤ ਹੈ, ਤਾਂ ਮੈਂ ਅੱਜ ਇੱਕ ਗੱਲ ਕਰਨੀ ਚਾਹਾਂਗਾ। ਇਸੇ ਤਰੀਕੇ ਦੇ ਦੋਸ਼ ਮਨਜੀਤ ਸਿੰਘ ਜੀ ਕੇ ਜਿਹੜੇ ਇੱਕ ਸਮੇਂ ਦਿੱਲੀ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਦੇ ਉੱਤੇ ਵੀ ਲੱਗੇ ਸੀ। ਐਡੀ ਵੱਡੀ ਰਕਮ ਫਿਰ 2 ਸਾਲਾਂ ਬਾਅਦ ਉਹ ਜਿਹੜਾ ਕਹਿ ਰਹੇ ਨੇ, ਕੁਝ ਤਾਂ ਉਹਨਾਂ ਕੋਲ ਸੱਚਾਈ ਹੋਏਗੀ। ਆਪਣਾ ਨੰਬਰ ਐਡਰੈਸ ਸਭ ਦੇ ਰਹੇ ਨੇ, ਕਹਿੰਦੇ ਤੱਥ ਪੇਸ਼ ਕਰ ਸਕਦੇ ਨੇ। ਲੈ ਲਓ ਉਹਨਾਂ ਤੋਂ, ਲੈ ਲਓ ਚੰਗਾ ਜਿੱਥੇ ਪਏ ਹੋਣਗੇ 10,000 ਕਰੋੜ ਤੁਸੀਂ ਕਢਾ ਲਿਓ ਜੀ। ਮੈਂ ਤਾਂ ਤੁਹਾਨੂੰ ਇਹ ਕਹਿ ਸਕਦਾ ਭਾਜੀ ਕਾਲਕਾ ਅੱਜ ਕੀ ਕਰਨਗੇ? ਕੀ ਉਹ ਸਰਸੇ ਦੇ ਪ੍ਰਭਾਵ ਹੇਠ ਹੈਗੇ ਨੇ ਜਾਂ ਨਿਰਪੱਖ ਹੋ ਕੇ ਬਤੌਰ ਪ੍ਰਧਾਨ? ਕੋਈ ਸੂਤਰੀ ਕਾਰਜਕ੍ਰਮ ਜੋ ਮੇਰਾ ਆਪਣਾ ਤਜਰਬਾ ਰਿਹਾ ਦਿੱਲੀ ਦੇ ਵਿੱਚ ਹਿੱਸਾ ਰਹੇ ਹੋ, ਲੰਬਾ ਸਮਾਂ ਮੈਂ ਹਿੱਸਾ ਰਿਹਾ। ਕੁਲਵੰਤ ਸਿੰਘ ਬਾਠ ਨੇ ਮੋਹਾਲੀ ਤੋਂ ਤੁਹਾਡੀ ਟੀਮ 'ਚ ਰਹੇ ਨੇ, ਉਹ ਵੀ ਕਹਿੰਦੇ ਨੇ ਵੀ ਇਹਦੇ 'ਚ ਸੱਚਾਈ ਤਾਂ ਹੈਗੀ ਹੈ। ਚਲੋ ਕਹਿੰਦੇ ਨੇ ਠੀਕ ਨੇ, ਮੈਂ ਨਹੀਂ ਕਹਿੰਦਾ ਨਹੀਂ ਹੋਗੀ, ਜੋ ਕਹਿੰਦੇ ਨੇ ਫਿਰ ਕਢਾ ਲਓ। ਮੈਂ ਕੋਈ ਇਤਰਾਜ਼ ਥੋੜ੍ਹਾ ਹੈਗਾ। ਜਿੱਦਾਂ ਸਾਹਿਬ ਅਕਾਲ ਤਖ਼ਤ ਸਾਹਿਬ ਹੈਗੇ ਨੇ, ਉਹ ਕਾਗਜ਼ ਮੰਗਾ ਕੇ ਦੇਖ ਲੈਣ, ਜਿਹਦੇ ਹੈਗੇ ਪੈਸੇ ਲੈ ਲੈਣ ਉੱਥੋਂ ਵਾਪਸ। ਚਰਚਾ ਭਾਜਪਾ ਦੇ ਵਿੱਚ ਗਏ ਸੀਗੇ, ਤੁਸੀਂ ਵੀ ਭਾਜਪਾ ਦੇ ਵਿੱਚ ਹੈਗੇ ਹੋ, ਕਿਤੇ ਤੁਹਾਡੇ 'ਤੇ ਹੁਣ ਕੋਈ ਰਾਜਨੀਤਿਕ ਇੱਦਾਂ ਦਾ ਦਬਾਅ ਪਾਏਗਾ ਤੁਸੀਂ ਚੁੱਪ ਕਰ ਜਾਓ, ਜਾਂ ਤੁਹਾਨੂੰ ਹੋ ਸਕਦਾ ਪਾਰਟੀ 'ਚੋਂ ਕਢਾਉਣ ਦੀ ਗੱਲ ਕੀਤੀ ਜਾਵੇ? ਇਹਨਾਂ ਬਾਰੇ ਤੁਸੀਂ ਫੈਸਲਾ ਕਰ ਲਿਆ ਗੱਲਾਂ ਬਾਰੇ? ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦੇਵਾਂ, ਸ਼ਾਇਦ ਕਿਉਂਕਿ ਮੈਂ ਦਿੱਲੀ ਦੀ ਰਾਜਨੀਤੀ ਨਾਲ ਲੰਬਾ ਅਰਸਾ ਜੁੜਿਆ ਰਿਹਾ। ਜੇ ਕੱਲ੍ਹ ਨੂੰ ਕੋਈ ED ਜਾਂ CBI ਜਾਂਚ ਕਰੇ, ਪੇਸ਼ ਹੋਵੋਗੇ ਤੁਸੀਂ? ਵੀ ਕਿਉਂ ਨਹੀਂ ਹੋਣਾ ਬਈ, ਪੇਸ਼ ਹੋਣ ਦੀ ਕਿਹਨੇ ਮਨਾ ਕੀਤਾ ਹੈ ਜੀ? ਸਾਨੂੰ ਕੋਈ ਇਤਰਾਜ਼ ਹੀ ਨਹੀਂ। ਮੈਂ ਤਾਂ ਕਹਿੰਦਾ ਸਾਰੀ ਕੌਮ ਨੂੰ, ਕਹਿੰਦੇ ਜਿਹੜੇ ਗੁਰਦੁਆਰਾ ਦੇ ਅਕਾਊਂਟ ਜਿਹੜੇ ਹੁੰਦੇ ਨੇ, ਕੋਈ ਚੋਰੀ ਥੋੜ੍ਹਾ ਰੱਖੇ ਜਾਂਦੇ ਨੇ, ਸਾਰੇ ਓਪਨ ਅਕਾਊਂਟ ਨੇ, ਤੁਸੀਂ ਵੀ ਲੈ ਸਕਦੇ ਜੇ। ਤੁਸੀਂ ਕਹਿੰਦੇ ਹੋ ED ਜਾਂ CBI ਜਾਂਚ ਕਰੇ, ਤੇ ਕੀ ਉਹ ਕਰਨਗੇ ਭਾਜਪਾ ਦੀ? ਉਹ ਸਰ ਜੇ ਨਹੀਂ ਕਰਾਉਣਗੇ ਤੇ ਸਿੱਧਾ ਸਵਾਲ ਭਾਜਪਾ ਦੇ ਉੱਤੇ ਆਏਗਾ। ਸੋ ਜਦੋਂ ਮਨਜਿੰਦਰ ਸਿੰਘ ਸਿਰਸਾ ਭਾਜਪਾ ਪਾਰਟੀ ਸ਼ਾਮਿਲ ਹੋਏ ਸੀ, ਉਸ ਵੇਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗ ਡੋਰ ਕੁਲਵੰਤ ਸਿੰਘ ਬਾਠ ਉਹਨਾਂ ਦੇ ਹੱਥ ਆ ਗਈ ਸੀਗੀ ਵਾਈਸ ਪ੍ਰਧਾਨ ਦੇ ਤੌਰ 'ਤੇ, ਅਤੇ ਅੱਜ ਉਹ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਠ ਸਾਹਿਬ, ਲੰਮਾ ਸਮਾਂ ਤੁਸੀਂ ਕੰਮ ਕੀਤਾ ਹੈ ਨਾ ਮਨਜਿੰਦਰ ਸਿੰਘ ਸਿਰਸਾ ਦੀ ਟੀਮ 'ਚ, ਕਿਹਾ ਜਾਏਗਾ ਫਿਰ ਨਿਰਪੱਖ ਤੌਰ 'ਤੇ ਤੁਹਾਨੂੰ ਪ੍ਰਧਾਨਗੀ ਜ਼ਿੰਮੇਵਾਰੀ ਵੀ ਮਿਲੀ ਸੀਗੀ। ਇਹ ਜਿਹੜਾ ਜਪਮਨਦੀਪ ਸਿੰਘ ਸਮਰੇ ਦਾ ਵੀਡੀਓ ਹੈ ਕੈਨੇਡਾ ਵਾਲੇ ਦਾ, ਕਿੰਨਾ ਕੁ ਸੱਚਾ ਲੱਗਦਾ? ਦੇਖੋ ਗੱਲ ਇਹ ਹੈ ਵੀ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਬੜਾ ਸਵੇਰੇ ਜਦੋਂ ਉੱਠ ਕੇ, ਮੈਨੂੰ ਅੱਜ ਸਵੇਰ ਤੱਕ ਇਸ ਬਾਰੇ ਪਤਾ ਕੁਛ ਨਹੀਂ ਸੀ। ਕਿਸੇ ਨੇ ਵੀਡੀਓ ਭੇਜਿਆ ਅਤੇ ਜਦੋਂ ਮੈਂ ਉਹ ਵੀਡੀਓ ਸੁਣਿਆ ਵੀ ਜਪਮਨਦੀਪ ਸਿੰਘ ਸਮਰਾ ਨੇ ਜਿਸ ਤਰੀਕੇ ਦੇ ਇਲਜ਼ਾਮ ਭਾਜਪਾ ਦੇ ਇੱਕ ਕ੍ਰਿਸ਼ੀ ਮੰਤਰੀ ਜਿਹੜੇ ਹੈਗੇ ਆ ਤੋਮਰ ਸਾਹਿਬ ਉਹਨਾਂ ਦੇ ਪੁੱਤਰ ਦੇ ਉੱਤੇ ਲਾਏ, ਔਰ ਹੈਰਾਨੀ ਇਸ ਗੱਲ ਦੀ ਹੋਈ ਕਿ ਉਹਦੇ ਨਾਲ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਜੁੜਿਆ ਕਿ ਕਿਸ ਤਰੀਕੇ ਕੋਈ ਮਨੀ ਲਾਂਡਰਿੰਗ ਦਾ ਜਿਹੜਾ ਮਾਮਲਾ ਹੈ ਉਹ ਸਾਹਮਣੇ ਆਇਆ, ਤਾਂ ਸੁਣ ਕੇ ਇਸ ਗੱਲ ਦਾ ਬੇਹੱਦ ਅਫਸੋਸ ਵੀ ਹੋਇਆ, ਦੁੱਖ ਵੀ ਹੋਇਆ ਕਿ ਕਿਸ ਤਰੀਕੇ, ਅਗਰ ਇਸ ਗੱਲ ਦੇ ਵਿੱਚ ਸੱਚਾਈ ਹੈ ਤਾਂ ਕਿਸ ਤਰੀਕੇ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਜਿਹੜਾ ਘਾਣ ਜਿਹੜਾ ਸਾਡੇ ਲੀਡਰਾਂ ਵੱਲੋਂ ਕੀਤਾ ਜਾ ਰਿਹਾ। ਬਿਲਕੁਲ ਠੀਕ ਹੈ। ਪਰ ਸਰ, ਸਵਾਲ ਇਹ ਵੀ ਆ ਜਾਂਦਾ ਕਿ ਜਿਹੜਾ ਉਹ ICICI ਵਾਇਰ ਟ੍ਰਾਂਸਫਰ ਹੈਗਾ ਉਹਦੇ ਰਾਹੀਂ ਪੈਸਾ ਆ ਰਿਹਾ, ਕਮਲਜੀਤ ਕੌਰ ਬੀਬੀ ਨੂੰ ਪੈਸਾ ਜਾਣਾ, ਕਮਲਜੀਤ ਦਾ ਕੋਈ ਸੰਬੰਧ ਹੈ ਵੀ ਹੈ, ਉਹਨਾਂ ਨੂੰ ਪੈਸਾ ਕਿੱਦਾਂ ਚਲਾ ਗਿਆ? ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਉੱਚ ਪੱਧਰੀ ਜਾਂਚ ਦਾ ਵਿਸ਼ਾ ਹੈ। ਮੈਂ ਅੱਜ ਤੁਹਾਡੇ ਚੈਨਲ 'ਤੇ ਇਹ ਗੱਲ ਕਹਿਣੀ ਵੀ ਚਾਹਾਂਗਾ ਕਿ ਇਹ ਜਿਹੜੇ ਧਾਰਮਿਕ ਅਦਾਰੇ ਹੈ ਇਹਨਾਂ ਦੇ ਪ੍ਰਤੀ ਇੱਕ ਸੰਗਤ ਦੀ ਆਸਥਾ ਹੁੰਦੀ ਆ, ਔਰ ਜੇ ਇਸ ਤਰੀਕੇ ਦੇ ਜਿਹੜੇ ਘਟਨਾਕ੍ਰਮ ਸਾਹਮਣੇ ਆਉਣਗੇ ਤਾਂ ਉਸ ਆਸਥਾ ਨੂੰ ਸੱਟ ਵੱਜਦੀ ਆ। ਜਿਹੜੇ ਸ਼ਰਧਾਲੂ ਹੈ, ਜਿਨ੍ਹਾਂ ਸ਼ਰਧਾਲੂਆਂ ਨੇ ਜਦੋਂ ਕੌਮ ਦੇ ਉੱਤੇ ਜਾਂ ਦੇਸ਼ ਦੇ ਉੱਤੇ ਕੋਈ ਆਪਦਾ ਆਈ ਹੈ, ਉਹਨਾਂ ਨੇ ਦਿਲ ਖੋਲ੍ਹ ਕੇ ਗੱਫੇ ਦਿੱਤੇ ਆ ਤਾਂ ਕਿ ਇਹਨਾਂ ਸੰਸਥਾਵਾਂ ਦੇ ਥਰੂ ਉਹਨਾਂ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਲੇਕਿਨ ਇਸ ਤਰੀਕੇ ਦੇ ਅਗਰ ਕੱਪੜੇ ਆਉਣਗੇ ਤਾਂ ਲੋਕਾਂ ਦੀ ਜਿਹੜੀ ਆਸਥਾ ਉਹ ਵੀ ਘਟੂਗੀ, ਔਰ ਨਿਸ਼ਚਿਤ ਤੌਰ 'ਤੇ ਮੈਂ ਕਹਿ ਸਕਦਾ ਕਿ ਜਿਹੜੀ ਗੁਰਦੁਆਰਾ ਗੋਲਕ ਹੈ ਉਹਦੇ ਉੱਤੇ ਵੀ ਅਸਰ ਪਊਗਾ। ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਜਾਂਚ ਦਾ ਵਿਸ਼ੇ ਹੈ ਕਿ ਗੁਰਦੁਆਰਾ ਕਮੇਟੀ ਦੇ ਅਗਰ ਖਾਤੇ ਦੇ ਵਿੱਚੋਂ
अगर कोई वायर ट्रांसफर हुंदा जिवें आई सी आई बैंक का आ रहा, सो मैं समझदा कि आई सी आई सी आई बैंक कोई लोकल बैंक नहीं है, उहदियां जदों स्टेटमेंटां देखियां जाणगियां तां उहदे विच सारा दुध दा दुध पानी दा पानी संगत दे सामने आ जाऊगा जी। समरा होनी जिहड़ा कह रहे ने कि बीते आपां मोटे मोटे लाईए ढाई सालां दे विच 9 मार्च 2021 नूं खाता खुलदा एफ सी आर ए, ते हले नवंबर 2023 है, मोटे मोटे ढाई सालां दे विच 16 करोड़ रुपया आया हैगा। हो सकदा रकम इस तों वध होएगी, कोई मुलाजमां दे खात्यां 'च वी पै रहे होणे, किसे होर सगे संबंधियां दे वी। देखो जिहड़ी मैं जांच की गल की है, निश्चित तौर पर ये दिल्ली सिख गुरद्वारा प्रबंधक कमेटी का कुछ स्टाफ भी इनवॉल्व होएगा, क्योंकि अगर वायर ट्रांसफर होनी है तो वो स्टाफ की तो जानकारी होगा। और जिहड़ा कमलजीत कौर है, मैं निश्चित तौर पर कह सकता किसी ना किसी मुलाजम के नाल उहदा फैमिली कंसर्न हो सकता है, क्योंकि ये जिहड़ा वायर ट्रांसफर की गल आप कर रहे हैं तो कितने ना कितने ऑडिट रिपोर्ट के नाल भी छेड़छाड़ होएगी कि कंपनियों के बच्चों पैसा ट्रांसफर किया कि किया उन्हों का डी एस जी एम सी के नाल की कनैक्शन है, ये अपने आप के एक शक के घेरे की गल है। जो ये वीडियो सामने आया समरे का तो सिरसा उन्होंने भी सोशल मीडिया से एक्स से अपना जोड़ा है एक उन्होंने पोस्ट पाई कि दिल्ली गुरद्वारा कमेटी का बजट 130 करोड़ रुपए का है, 2022 जी सी वह सू जी प्राप्ति सी 143 करोड़ रुपए से कि असी 10,000 करोड़ की मनी ट्रांसफर किमें कर गए। देखो ये कल्ले मनजिंदर सिंह सिरसा जी के कहने के नाल क्लीन चिट नहीं दिती जा सकती, ये क्लीन चिट अगर दिल्ली कमेटी चाहती है कि ये दोष जोड़े मनघड़त है तो मैं अज एक गल करनी चाहागा, इस तरीके दे दोष मनजीत सिंह जी के जोड़े एक समय दिल्ली कमेटी के प्रधान से उन्होंने उत्ते भी लगे सी, ते उन्होंने अपने अहदे तो रिजाइन दे के लंबे हो गए कि जदों तक मेरे ते दोष जिहड़े है मैं क्लीन चिट नहीं मिल जाती मैं उदों तक इस अहुदे ते नहीं रहांगा, चाहे वह आप कही कि पार्टी का दबाव सी या मैंबरां का दबाव सी, लेकिन अज जिस तरीके दे ये इल्जाम लगे है, अज मनजिंदर सिंह सिरसा तो बीजेपी के है, उन्हों दिल्ली कमेटी का बिग बॉस तो कहा जा सकता लेकिन सीधे तौर पर कितने भी इनवॉल्व नहीं है, लेकिन हरमीत सिंह कालका जिहड़े उस वक्त जनरल सकत्तर सीगे मनजिंदर सिंह सिरसा के नाल साडी टीम के अज उन्हां दी नैतिकता दे जिहड़ी ड्यूटी बनती है कि अगर इस तरीके के इल्जाम लगे उन्होंने तुरंत अपने अहदे तो इस्तीफा दे के, और खुद अगर वो अज प्रैस कॉन्फ्रेंस कर रहे उस प्रैस कॉन्फ्रेंस के ऑफर करना चाहिए कि यदि कोई भी जिहड़ी निष्पक्ष एजेंसी है वो सरकार वो तो जांच करावे या वो आप कोई किसी एजेंसी नूं इहदे च डिप्यूट करन जिहड़ी दुध दा दुध पानी दा पानी करके संगत दे सामने लियावे। मैं तुहानूं दसणा चाहुंना कि इह कल्ला आपां कह दईए जी इन्ना बजट आया, सारियां किताबी गल्लां हैगियां कित्थे पैसा आया, कोविड दे विच उह एफ सी आर ए दी जिहड़ी गल करदे आ उह तां बाद च मिलिया एफ सी आर ए, इह गल हो रही है एफ सी आर ए तो पहले दी, तो पहले जिहड़ा पैसा आया मनी लॉन्ड्रिंग हुई किस तरीके नाल हुई है, और एक गुरु घर का जिहड़ा बंदा सेवादार कहिंदा होवे अपने आप नूं उहदे वास्ते तां वड्डे माण दी गल है कि अगर वो इन्नी गल कह के पासे हो जाए कि आ पिया जी चिट्ठा हिसाब दा इहदे च जिवें मर्जी तुसीं जाँच कराओ और जाँच जिहड़ी है संगत दे सामने लियाओ, इहदे नाल बंदा वड्डा होगा छोटा नहीं होगा, सो यह पता लग जाऊगा कि किन्ने क गुरु घर के कोई सेवादार है। कालका अज की करनगे कि वह सरसे के प्रभाव हेठ है या निरपक्ष हो गए बतौर प्रधान, एको सूत्री कार्यक्रम जो मेरा अपना तजर्बा रहा दिल्ली के लंबा समा मैं हिस्सा रहा, जिमें तोता बोलता होंदा है ना वो अपने बॉस की गल नूं बोलता है, सो एक तोते का काम अज की प्रैस कॉन्फ्रेंस करना, जबकि नैतिकता यह बनती है कि अगर इल्जाम लगे है वो उन्हां इल्जामां वास्ते कोई अपनी टीम गठित करन, उहदे विच ओह ओपोजिशन दे मैंबरां नूं भी शामिल कर सकदे आ, ते जिहड़ा लेखा जोखा वो सारिआं नूं दिखाउण। अज दिल्ली कमेटी दे मैं एक नवीं गल तुहानूं दसणी चाहुंना, दिल्ली कमेटी दे कोल पहलां 2-3 बैंकां दे विच अकाउंट हुंदा सीगा, और असीं इस गल दा विरोध भी कीता सी उस वक्त मेरे नाल मेरे साथी हरिंदरपाल सिंह जी या होर मैंबर साहिबान भी सीगे जिन्हां ने बहुत सारे बैंक खाते खोलण दा विरोध कीता सीगा, बैंक खाते 10 तो 12 खोले कादे वास्ते खोले गए, मैं तो 2 बैंक खाते साइन करन तो भी मना कर दिता सी, और आज दी डेट च मैं कह सकदा कि 2 बैंक खाते ऐसे होणगे जिन्हां दे विच मेरे ऑफिस सिग्नेटरी नहीं हैगे आ। सो मैं ये गल जिथे तुहानूं कही, दूजी गल देखो एक क्राउड फंडिंग की गल की सिरसा साहब के टाइम के जिहदा असीं विरोध कीता सी, कदे इतिहास दे विच इदां होया कि कोई डोनेशन लैण वास्ते कोई संस्था उहनूं कमीशन दे। मैं थोनों सवाल करदा कि तुसीं अपनी लाइफ दे विच कदे इस तरीके की कोई धार्मिक संस्था देखी जिन्हें
फंडिंग लैन वास्ते किसी को कमीशन दिती होवे। इन्होंने वो कंपनियां अरेंज कीतियां जिहदे च 8-8% कमीशन दिता गया, जो अपने आप दे विच सानू एक शर्मनाक गल लगती है कि गुरु घर वास्ते जिथे अरबा रुपया लोग लुटाउन नू तैयार है, उहदे वास्ते इन्नी कि मजबूरी पै गई सी इस तरीके की क्राउड फंडिंग करन वास्ते कमीशन दिता जाए कंपनियां नू। गुरु की गोलज तो लोग वैसे लैके आते अपने आप जी। अच्छा की लगता हूँ, एक सवाल यह भी खड़ा हो जाएगा, सिरसा भाजपा के गए थे, तुसी भी भाजपा के है हो कि थोड़े तो हूँ कोई राजनीतिक इदा का दबाव पाएगा, तुसी चुप कर जो या थानू हो सकता पार्टी चो कढ़ाण की गल की जाए, इन बारे तुसी फैसला कर लिया गलों बारे? मैं थोड़ा अज एक गल कह देव शायद, क्योंकि मैं दिल्ली की राजनीति नाल लंबा अरसा जुड़िया रहा, मैं भाजपा के अज कोई नवा नहीं है, मैं दिल्ली दिया तीन इलैक्शन भाजपा च रेंद्या हो अकाली दल की टिकट पर लड़िया, उदों की भाजपा और अज की भाजपा के भी फर्क है, क्योंकि उदों भाजपा का सीधे तौर पर धार्मिक अदारों के कोई दखल नहीं हुंदा सी। मैनू याद है कि जो मैं पहली बार इलैक्शन लड़नी सी, डॉक्टर हर्षवर्धन प्रधान सी, मैं उन्होंने पूछया कि मेरा अपने धार्मिक खेत्र के इलैक्शन लड़न जी करता, उन्होंने कहा भाजपा का ये कोई संबंध नहीं है, तुसीं लड़ना चाहते हो तुसीं आजाद लड़ना चाहते हो या तुसीं किसी धार्मिक पार्टी तो लड़ना चाहते हो, तुहाडा फैसला है, तो ना कदे भाजपा ने इन्हां धार्मिक अदारियां च साडे रहिंदिआं कदे दखलदाजी की। लेकिन अज जो कुछ देख रहे हैं उहदे च कदे कदे महसूस हुंदा है कि भाजपा जिहड़ी है उह सीधे तौर पर इनवॉल्व नहीं होनी चाहिए धार्मिक अदारियां दे विच, और विशेष तौर पर जे मैं सिखां दी गल करां, आ पिछे एक राजस्थान के लीडर ने बयान दिता सी, मैं तो उहदा भी विरोध किया, मैं अपनी गल डट के कही कि पार्टी नूं उहदे खिलाफ कार्रवाई करनी चाहिए, पार्टी चो उहनूं कढ़िया गया, लेकिन एक चीज़ की घाट रही कि उहदे खिलाफ जिहड़ा हेट स्पीच का मुकदमा दर्ज होना चाहिए सी वो पार्टी ने नहीं किया। सो मैनू जे अज ना तो मैं किसी दबाव च पहला रहा तो ना मैं किसी दबाव च अगे रहना, यह साडी सिखां दी जिहड़ी कहीए आपां साडियां सर्वोच्च संस्थावां हैगियां, श्री अकाल तख्त साहब, श्रोमणी कमेटी, दिल्ली कमेटी, पटना साहब कमेटी, अपनी हजूर साहब की कमेटी, जे इन्हां कमेटियां दे उत्तों सिखां दा विश्वास ही उठ गया तो फिर साढ़े पल्ले की रहूगा। सो जिथे मैं भाजपा ही बाद चो हां, मैं पहला सिख हां और सिख के नाते जो मेरा फर्ज बनता मैं वो अदा कर रहा। दो सवाल आ गए हैं हूँ कि तुम कहने ईडी या सीबीआई जांच करे तो की वो करनगे भाजपा की सरकार? जे नहीं कराउणगे तो सीधा सवाल भाजपा के उत्ते आएगा कि भाजपा फिर जो लोग कहते हैं फिर कथनी और करनी का फर्क दिखूगा लोगों को। मैं सीधे तौर पर कहना चाहना कि मैं तो इंसान समझदा उस बंदे नूं जिहड़ा अगर पाक साफ है फिर उन्हूं डर कहदा, उन्हूं तां खुद कहना चाहिए भी भाजपा वालों नूं खुद कहे कमेटी भी कराओ जी सीबीआई तो जांच कराओ ईडी तो जांच। अच्छा, लगता समरा हुण बोले ने दो साल बाद इन्हां नूं पता हुण लग्गिआ होणा? नहीं, मेरा ख्याल है कि पता हुण नहीं लग्गिआ, जिहड़ा भाजपा का वड्डा लीडर तोमर साहब का बेटा इहदे च इनवॉल्व होया उहदे करके शायद पड़तां खुल्लिआं। बिल्कुल ठीक है। सो हुण आपां गलबात कर रहे हैं मनजिंदर सिंह सिरसा भी फोन लाने, हालांकि ट्वीट राही अपना वह बयान दे चुके ने, पर एक बार आपां फोन लाइन पर भी लै रहे हैं, किदां दी प्रतिक्रिया घंटी असीं मिलाती इन्हां नूं। सिरसा साहब जी, बलजीत सिंह मरवाहा जी, पत्रकार चंडीगढ़ तो गल कर रहे हैं जी। जी जी महाराज जी, सत श्री अकाल। सत श्री अकाल सिरसा साहब, तुसीं हालांकि सोशल मीडिया ते दस दिता जो समरा उन्होंने दोष लाया वीडियो विच जी, पाजी की कहना चाहोगे जी? ਅਸੀਂ ਕਹਿਣਾ ਕਿ ਮੇਰੇ ਤੇ ਬੜੀ ਹੈਰਾਨਗੀ ਹੋ ਰਹੀ ਹੈ, ਜੇ ਦੋਸ਼ ਵਾਲੀ ਤੇ ਗੱਲ ਤਾਂ ਹੁੰਦੀ, ਕੋਈ ਦੋਸ਼ ਹੋਵੇ ਤੇ ਬੰਦਾ ਕਹਿੰਦਾ 10,000 ਕਰੋੜ ਰੁਪਏ ਆਏ, ਹੁਣ ਦੱਸੋ ਕੀ ਕਹੀਏ ਹੋ ਜੇ ਬੰਦੇ ਨੂੰ, ਹੱਸ ਹੀ ਸਕਦੇ ਆ। ਪਰ ਕੁਛ ਤਾਂ ਮਤਲਬ ਐਡੀ ਵੱਡੀ ਰਕਮ ਫਿਰ 2 ਸਾਲਾਂ ਬਾਅਦ ਉਹ ਜਿਹੜਾ ਕਹਿ ਰਹੇ ਨੇ ਕੁਛ ਤਾਂ ਉਹਨਾਂ ਕੋਲ ਸੱਚਾਈ ਹੋਏਗੀ, ਆਪਣਾ ਨੰਬਰ ਐਡਰੈਸ ਸਭ ਦੇ ਰਹੇ ਨੇ, ਕਹਿੰਦੇ ਤੱਤ ਪੇਸ਼ ਕਰ ਸਕਦੇ ਨੇ, ਲੈ ਲਓ ਉਹਨਾਂ ਤੋਂ ਲੈ ਲਓ, ਚੰਗਾ ਜਿੱਥੇ ਪਏ ਹੋਣਗੇ 10,000 ਕਰੋੜ ਤੁਸੀਂ ਕਢਾ ਲਿਓ ਜੀ, ਮੈਂ ਤਾਂ ਤੁਹਾਨੂੰ ਇਹ ਕਹਿ ਸਕਦਾ ਭਾਜੀ, ਚੰਗਾ ਕੰਮ ਆ ਜਾਣਗੇ ਤੁਹਾਡੇ, ਸੋ ਕਿਸੇ ਸਾਡੇ ਕਿਸੇ ਕੌਮ ਦੇ ਕੰਮ ਆ ਜਾਣਗੇ, ਚੰਗਾ ਜਿਹਨੇ ਭੇਜੇ ਆ ਤੇ ਉਹ ਖਾਤਾ ਨੰਬਰ ਦੇ ਕੇ ਤੁਸੀਂ ਕਢਾ ਲਓ। ਹਾਲਾਂਕਿ ਕੁਲਵੰਤ ਸਿੰਘ ਬਾਠ ਨੇ ਮੋਹਾਲੀ ਤੋਂ ਤੁਹਾਡੀ ਟੀਮ 'ਚ ਰਹੇ ਨੇ, ਉਹ ਵੀ ਕਹਿੰਦੇ ਨੇ ਵੀ ਇਹਦੇ 'ਚ ਸੱਚਾਈ ਤਾਂ ਹੈਗੀ ਹੈ। ਚਲੋ ਕਹਿੰਦੇ ਨੇ ਠੀਕ ਨੇ, ਮੈਂ ਨਹੀਂ ਕਹਿੰਦਾ ਨਹੀਂ ਹੋ ਗਈ, ਜੋ ਕਹਿੰਦੇ ਨੇ ਫਿਰ ਕਢਾ ਲਓ, ਮੈਂ ਕੋਈ ਇਤਰਾਜ਼ ਥੋੜ੍ਹਾ ਹੈਗਾ, ਜੱਦਾਰ ਸਾਹਿਬ ਅਕਾਲ ਤਖ਼ਤ ਸਾਹਿਬ ਹੈਗੇ ਨੇ, ਉਹ ਕਾਗਜ਼ ਮੰਗਾ ਕੇ ਦੇਖ ਲੈਣ, ਜਿਹਦੇ ਕਹਿਗੇ ਪੈਸੇ ਲੈ ਲੈਣ ਉਸ ਤੋਂ ਵਾਪਸ। ਅੱਛਾ, ਜੇ ਕੱਲ੍ਹ ਨੂੰ ਕੋਈ ਈਡੀ ਜਾਂ ਸੀਬੀਆਈ ਜਾਂਚ ਕਰੇ ਪੇਸ਼ ਹੋਵੋਗੇ ਤੁਸੀਂ? ਵੀ ਕਿਉਂ ਨਹੀਂ ਹੋਣਾ ਬਈ, ਪੇਸ਼ ਹੋਣ ਦੀ ਕਿਹਨੇ ਮਨਾ ਕੀਤਾ ਹੈ ਜੀ? ਸਾਨੂੰ ਕੋਈ ਇਤਰਾਜ਼ ਹੀ ਨਹੀਂ, ਮੈਂ ਤਾਂ ਕਹਿੰਦਾ ਸਾਰੀ ਕੌਮ ਨੂੰ ਕਹਿੰਦੇ, ਜਿਹੜੇ ਗੁਰਦੁਆਰਾ ਦੇ ਇਹ ਅਕਾਊਂਟ ਜਿਹੜੇ ਹੁੰਦੇ ਨੇ ਕੋਈ ਚੋਰੀ ਥੋੜ੍ਹਾ ਰੱਖੇ ਜਾਂਦੇ ਨੇ, ਸਾਰੇ ਓਪਨ ਅਕਾਊਂਟ ਨੇ, ਤੁਸੀਂ ਵੀ ਲੈ ਸਕਦੇ ਜੇ, ਜਿੱਦਾਂ ਉਹ ਦੱਸ ਰਹੇ ਨੇ ਕਮਲਜੀਤ ਕੌਰ ਦਾ ਕੋਈ ਸੰਬੰਧ ਨਹੀਂ ਦਿੱਲੀ ਗੁਰਦੁਆਰਾ ਕਮੇਟੀ ਨਾਲ, ਉਹਨਾਂ ਦੇ ਖਾਤੇ 'ਚ ਲੱਖਾਂ ਰੁਪਏ ਆਉਣੇ, ਉਹ ਕੌਣ ਨੇ ਕਮਲਜੀਤ ਕੌਰ? ਉਹ ਇਹੀ ਸਵਾਲ ਕਰ ਰਹੇ ਨੇ ਵੀ ਇਹਦਾ ਕੋਈ ਸੰਬੰਧ ਹੀ ਨਹੀਂ ਹੈ ਦਿੱਲੀ ਗੁਰਦੁਆਰਾ ਕਮੇਟੀ ਨਾਲ, ਉਹਨਾਂ ਦੇ ਖਾਤੇ 'ਚ ਜਿਹੜਾ ਹੈ ਗੁਰਦੁਆਰੇ ਦੇ ਨਾਮ 'ਤੇ ਦਿੱਲੀ ਗੁਰਦੁਆਰਾ ਕਮੇਟੀ ਨਾਂ 'ਤੇ ਲੱਖਾਂ ਰੁਪਏ ਗਏ। ਨਹੀਂ, ਮੈਂ ਸਮਝ ਨਹੀਂ ਰਿਹਾ, ਪਰ ਗੁਰਦੁਆਰਾ ਕਮੇਟੀ ਦੇ ਨਾਮ 'ਤੇ ਕਿਸ ਤਰ੍ਹਾਂ ਗਏ, ਮੈਂ ਇਹ ਸਮਝ, ਕਮਲਜੀਤ ਕੌਰ ਕੌਣ ਆ? ਜੇ ਕਮਲਜੀਤ ਕੌਰ ਨੂੰ ਕਿਸੇ ਨੇ ਕੋਈ ਪੈਸਾ ਦਿੱਤਾ ਤੇ ਉਹ ਕਮਲਜੀਤ ਕੌਰ ਹੀ, ਉਹ ਦੱਸੋ ਸਾਨੂੰ ਕਿਵੇਂ ਪੁੱਛ ਰਹੇ ਜੀ? ਮੈਂ ਤਾਂ ਇਹ ਸਮਝਣਾ ਚਾਹੁੰਦਾ, ਗੁਰਦੁਆਰਾ ਕਮੇਟੀ ਨੇ ਦਿੱਤੇ ਕਿਸੇ ਨੂੰ ਜਾਂ ਗੁਰਦੁਆਰਾ ਕਮੇਟੀ ਨੇ ਲਏ ਕਿਸੇ ਤੋਂ?
ਉਹਨਾਂ ਨੂੰ ਗਏ ਕਹਿੰਦੇ ਰੈਫਰੈਂਸ ਗੁਰਦੁਆਰਾ ਕਮੇਟੀ ਦਾ ਸੀ ਉਹਨਾਂ ਦੇ ਖਾਤੇ 'ਚ ਪੈਸੇ ਜਾਣ ਦਾ ਵੀ ਕਈ ਇਸ ਤਰ੍ਹਾਂ ਦੇ ਪ੍ਰਾਈਵੇਟ ਖਾਤੇ ਚੱਲ ਰਹੇ ਨੇ ਹਿਡਨ ਅਕਾਊਂਟ ਚੱਲ ਰਹੇ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਚਲੋ ਉਹਨੂੰ ਕੋ ਦੇ ਦੇਣਾ ਸਾਰੇ ਹਿਡਨ ਅਕਾਊਂਟ ਤੁਸੀਂ ਮੰਗਵਾ ਲਓ ਉਹਨਾਂ ਤੋਂ ਕਾਪੀਆਂ ਚੰਗਾ ਸਗੋਂ ਤੁਹਾਨੂੰ ਹੁਣ ਜਨਤਕ ਕੋ ਜਾਣਗੀਆਂ ਕਾਪੀਆਂ ਚੰਗੀ ਗੱਲ ਆ ਦੇਖੋ ਇੱਕ ਬੰਦਾ ਮਿਲ ਗਿਆ ਤੁਹਾਨੂੰ ਜਿਹਦੇ ਕੋਲ ਹਿਡਨ ਅਕਾਊਂਟਾਂ ਦੀ ਡਿਟੇਲ ਹੈਗੀ ਆ ਉਹ ਹਿਡਨ ਅਕਾਊਂਟ ਚੰਗਾ ਸੰਗਤ ਦੇ ਸਾਹਮਣੇ ਸਗੋਂ ਲੈ ਉਹ ਤੁਹਾਨੂੰ ਤੇ ਇੱਕ ਮੌਕਾ ਮਿਲਿਆ ਅੱਛਾ ਬਿਲਕੁਲ ਸਿਰਸਾ ਸਾਹਿਬ ਜੀਕੇ ਸਾਹਿਬ ਨੂੰ ਵੀ ਜਿਹੜਾ ਅਹੁਦਾ ਛੱਡਿਆ ਗਿਆ ਸੀ ਜਾਂ ਪਾਰਟੀ ਹਟੇ ਸੀਗੇ ਵਿਸ਼ਾ ਉਹਦਾ ਕਰਪਸ਼ਨ ਹੀ ਸੀਗਾ ਹੁਣ ਫਿਰ ਦਿੱਲੀ ਗੁਰਦੁਆਰਾ ਕਮੇਟੀ ਕਰਪਸ਼ਨ ਦੇ ਸਵਾਲਾਂ 'ਚ ਹੈ ਭਾਜੀ ਸਵਾਲਾਂ ਦੀ ਗੱਲ ਨਹੀਂ ਹੈਗੀ ਨਾ ਕੋਈ ਸਵਾਲ ਦੱਸੋ ਸੀ ਨਾ ਹੈ ਕੀ ਆ ਇੱਕ ਬੰਦਾ ਜੀ ਮੇਰਾ 10,000 crore ਮੈਂ ਭੇਜਿਆ ਗੁਰਦੁਆਰਾ ਕਮੇਟੀ 'ਚ ਦੂਜੇ ਲੋਕ ਕਹਿਣ ਹਾਂਜੀ ਭੇਜਤਾ ਹੋਊਗਾ ਮਤਲਬ ਇਹ ਕੋਈ ਜਵਾਬ ਤਾਂ ਨਹੀਂ ਹੈਗਾ ਨਾ ਮੈਂ ਤਾਂ ਫਿਰ ਕਹਿੰਦਾ ਕਿ ਜੇ 10,000 crore ਕਿਸੇ ਨੇ ਭੇਜਿਆ 10,000 crore ਉਹ 'ਚ ਕਿੰਨੀਆਂ ਜੀਰੋ ਆਉਂਦੀਆਂ ਮੈਨੂੰ ਤਾਂ ਆਈਡੀਆ ਵੀ ਨਹੀਂ ਹੈਗਾ ਜੀ ਜੀ ਪਰ ਮੈਂ ਉਹਦੀ ਗੱਲ ਨੂੰ ਸੱਚ ਮੰਨ ਲਿਆ ਜਾਵੇ ਕੋਈ ਹਰਜ ਨਹੀਂ ਹੈਗਾ ਜੀ ਠੀਕ ਹੈ ਜੋ ਇੰਨੀ ਵੱਡੀ ਗੱਲ ਕਹਿ ਰਿਹਾ 10,000 crore ਰੁਪਏ ਉਹਨੇ ਭੇਜਿਆ ਕੋਈ ਛੋਟਾ ਅਮਾਊਂਟ ਨਹੀਂ ਹੁੰਦਾ ਨਾ 10,000 crore ਬਿਲਕੁਲ ਠੀਕ ਹੈ ਤੇ ਉਹ ਦੱਸੇਗਾ ਵੀ ਭਾਈ ਮੈਂ ਆਹ ਖਾਤੇ 'ਚ ਭੇਜੋ ਖਾਤੇ 'ਚੋਂ ਕਢਾ ਲਿਆ ਜਾਏਗਾ ਉਹਨੇ ਉੱਥੇ ਪੈਸੇ ਪਏ ਨਹੀਂ ਕਿੰਨੇ ਛੇੜੇ ਆਓ ਜਾਂ ਤਾਂ ਦੱਸੇ ਕਿ ਫਲਾਣੇ ਨੇ ਕੱਢ ਲਈ ਉਹਦੇ 'ਚ ਜਿੱਥੇ ਉਹਨੇ ਭੇਜੇ ਉਹਨੂੰ ਖਾਤਾ ਨੰਬਰ ਵੀ ਉਹਨੂੰ ਪਤਾ ਹੈ ਜੀ ਤੁਹਾਡੀ ਜਾਣਕਾਰੀ ਵਾਸਤੇ ਨਾ ਇਹ ਜਿਹੜਾ ਪੈਸਾ ਬਾਹਰੋਂ ਆਉਂਦਾ ਤੁਹਾਡੀ ਜਾਣਕਾਰੀ ਵਾਸਤੇ ਜੀ ਇਹ FCRA ਦੇ ਮਾਧਿਅਮ ਤੋਂ ਆਉਂਦਾ ਹੈ ਜੀ ਜਿਹਨੂੰ ਫੋਰਨ ਕਰੰਸੀ ਰੈਗੂਲੇਸ਼ਨ ਐਕਟ ਆ ਉਹਦੇ ਤਹਿਤ ਸਰਕਾਰ ਦੇ ਸਿਰਫ ਇੱਕ ਹੀ ਇੱਕ ਬੈਂਕ ਹੁੰਦਾ ਸਟੇਟ ਬੈਂਕ ਆਫ ਇੰਡੀਆ FCI ਉਹਦੇ ਇਲਾਵਾ ਕੋਈ ਕਿਤੇ ਖਾਤਾ ਵੀ ਨਹੀਂ ਖੁੱਲਦਾ ਕਿਸੇ ਦਾ ਬਿਲਕੁਲ ਠੀਕ ਹੈ ਜੀ ਇਸ ਕਰਕੇ ਸਰਦਾਰ ਜੀ ਕੁੱਲ ਸਾਰੀ ਤਾ ਜ਼ਿੰਦਗੀ ਜਿਹੜਾ ਗੁਰਦੁਆਰਾ ਕਮੇਟੀ ਕੋਲ ਹੁਣ ਤੱਕ ਤਾ ਜ਼ਿੰਦਗੀ ਪੈਸਾ ਆਇਆ ਨਾ ਉਹ 16 crore rupees ਕੁੱਲ ਹੁਣ ਤੱਕ ਠੀਕ ਹੈ FCRA ਦਾ ਪੈਸਾ ਤੇ ਮੈਂ ਦਿੱਲੀ ਕਮੇਟੀ ਜਿਹੜੀ ਆ ਕਿਉਂਕਿ ਉਹਨਾਂ ਨੂੰ ਵੀ ਕਿਹਾ ਗਿਆ ਤੇ ਉਹ ਵੀ ਆਪਣੇ ਅੱਜ ਪ੍ਰੈਸ ਕਾਨਫਰੰਸ ਕਰਕੇ ਮੈਂ ਉਹਨੂੰ ਕਿਹਾ ਤੁਸੀਂ ਸਾਰੀਆਂ ਬੈਂਕ ਸਟੇਟਮੈਂਟਾਂ ਦੇ ਦਿਓ ਭਰਾ ਦੱਸ ਦੇ ਚੋ ਕਿਹੜਾ ਸਟੇਟਮੈਂਟ ਆ ਜਿਹ 'ਚ 10,000 crore ਆ ਤੁਸੀਂ ਪ੍ਰੈਸ ਕਾਨਫਰੰਸ ਕਰੋ ਕਾਗਜ਼ਾਤ ਸਾਰੇ ਲੈ ਕੇ ਜਾਂ ਮੀਡੀਆ ਸਾਹਮਣੇ ਆਓ ਮੇਰੀ ਗੱਲ ਸੁਣੋ ਮੈਂ ਤਾਂ ਆਲਰੇਡੀ ਆਪਣਾ ਜਵਾਬ ਦੇ ਦਿੱਤਾ ਮੈਂ ਤਾਂ ਗੁਰਦੁਆਰਾ ਕਮੇਟੀ 'ਚ ਨਹੀਂ ਹੈਗਾ ਜੀ ਜੀ ਉਹਨਾਂ ਕੋਲ ਆ ਪਰ ਗੁਰਦੁਆਰਾ ਕਮੇਟੀ ਦੇ ਜਿਹੜੇ ਕਾਗਜ਼ ਨੇ ਨਾ ਉਹ ਜਨਤਕ ਨੇ ਮਤਲਬ ਉਹਦੇ 'ਚ ਕੋਈ ਇਹ ਨਹੀਂ ਹੈਗਾ ਕਿ ਮੈਂ ਹੀ ਲਿਆ ਸਕਦਾ ਤੁਸੀਂ ਵੀ ਮੰਗ ਸਕਦੇ ਜੇ ਤੇ ਜਿਹਨੂੰ ਲੋੜ ਹੋਵੇ ਤੁਸੀਂ ਸਾਡੇ ਤੋਂ ਜਦੋਂ ਤੁਹਾਨੂੰ ਵੀ ਜ਼ਰੂਰਤ ਹੋਵੇ ਤੁਸੀਂ ਵੀ ਸਾਡੇ ਤੋਂ ਬੈਂਕ ਸਟੇਟਮੈਂਟ ਮੰਗਾਓਗੇ 2 ਮਿੰਟ 'ਚ ਮੇਲ ਹੋ ਜਾਂਦੀ ਹੈ ਉਹ ਇਹ 'ਚ ਅਧਿਕਾਰ ਸਭ ਨੂੰ ਪੁੱਛਣ ਦਾ ਇਹਦੇ 'ਚ ਕੋਈ ਗਲਤ ਗੱਲ ਨਹੀਂ ਭਾਜੀ ਉਹ ਕੌਣ ਆ ਮੈਂ ਜਾਣਦਾ ਹੀ ਮੈਂ ਉਹਦੇ ਤੇ ਕਾਹਦੀ ਡੈਫਾਮੇਸ਼ਨ ਪਾਊਂਗਾ ਕੋਈ ਲੀਡਰ ਬੋਲੇ ਮੈਂ ਬੋਲਾਂ ਹੁਣ ਭਾਜੀ ਤਾਂ ਸੜਕ ਤੇ ਚੱਲਦੇ ਲੋਕ ਬੋਲਿਆ ਕਰਨਗੇ ਤੁਸੀਂ ਮੇਰੀ ਬੇਨਤੀ ਦੱਸੋ ਮੇਰੇ ਕੋਲ ਗਲਤ ਆ ਮੇਰੀ ਗੱਲ ਦੱਸਿਓ ਜੇ ਜੀ ਭਾਜੀ ਮੈਂ ਉਹ ਬੰਦੇ ਦਾ ਮੈਨੂੰ ਨਹੀਂ ਪਤਾ ਕੌਣ ਆ ਉਹ ਹੈਗਾ ਕਿੱਥੇ ਮੈਨੂੰ ਇਹ ਨਹੀਂ ਪਤਾ ਮੈਂ ਐਵੇਂ ਮਜ਼ਾਕ ਦੇ ਮਜ਼ਾਕ ਮੈਂ ਵੀ ਉਹਨੇ ਇੱਕ ਮਜ਼ਾਕ ਕੀਤਾ ਹੁਣ ਮਜ਼ਾਕ ਦਾ ਜਵਾਬ ਮੈਂ ਮਜ਼ਾਕ ਦੇ ਦਾਂ ਜੀ ਮੈਂ ਇੱਥੇ ਡੈਫਾਮੇਸ਼ਨ ਪਾਊਂਗਾ ਉਹ ਤਾਂ ਪਹਿਲਾਂ ਕੋਈ ਉਹਦਾ ਕੋਈ ਸਨਮਾਨ ਕਰਨਾ ਚਾਹੀਦਾ ਜਿਹੜੀ ਮੈਂ ਡੈਫਾਮੇਸ਼ਨ ਹਾਂ ਜਿਹੜੇ ਲੋਕਾਂ ਨੇ ਬੋਲਿਆ ਮੈਂ ਹਰਜੋਤ ਮੈਨ ਸਿੰਘ ਨੂੰ ਜੋ ਟਵੀਟ ਕਰਕੇ ਕਿਹਾ ਵੀ ਜਾਂ ਤੂੰ ਆਪਣਾ ਟਵੀਟ ਵਿਦਡਰਾ ਕਰ ਨਹੀਂ ਤਾਂ ਮੈਂ ਤੇਰੇ ਖਿਲਾਫ ਡੈਫਾਮੇਸ਼ਨ ਪਾਊਂਗਾ ਕਿਉਂਕਿ ਉਹ ਕੋਈ ਹਸਤੀ ਆ ਬਿਲਕੁਲ ਉਹਨਾਂ ਨੇ ਮੈਂ ਜ਼ਰੂਰ ਉਹਨਾਂ ਨੂੰ ਕਿਹਾ ਹੈ ਔਰ ਕਾਂਗਰਸ ਨੂੰ ਵੀ ਕਿਹਾ ਹੈ ਲੇਕਿਨ ਹੁਣ ਕੋਈ ਐਸਾ ਰਾਹ ਚੱਲਦਾ ਬੰਦਾ ਕੋਈ ਵੀਡੀਓ ਪਾ ਦੇ ਜੀ ਮੈਂ ਜੀ 10,000 crore ਭੇਜਿਆ ਬਈ ਬਈ ਕਰੋੜ 2 crore ਵੀ ਸਮਝ ਕਿਸੇ ਨੂੰ ਗੱਲ ਆ ਸਕਦੀ 10,000 crore ਭੇਜਣ ਵਾਲਾ ਬੰਦਾ ਮਗਰੋਂ ਆ ਕੇ 2 ਸਾਲਾਂ ਬਾਅਦ ਵੀਡੀਓ ਤੇ ਕਹਿ ਰਿਹਾ ਮੈਂ 10,000 crore ਭੇਜਿਆ ਅਗਰ ਸਰਕਾਰ ਦਾ ਦੇਸ਼ ਦੇ ਅੰਦਰ 10,000 crore ਆਉਂਦਾ ਨਾ ਦੇਸ਼ ਜੇਲ੍ਹ ਜਾਂਦਾ ਹੈ ਮਾਫ਼ ਕਰਨਾ 10,000 crore 'ਚ ਕਿੰਨੀਆਂ ਜੀਰੋਆਂ ਨੇ ਸ਼ਾਇਦ ਮੈਨੂੰ ਔਰ ਤੁਹਾਨੂੰ ਲੱਭਣ 'ਚ ਬੜਾ ਟਾਈਮ ਲੱਗੂਗਾ ਬਿਲਕੁਲ ਜੀ ਮਜ਼ਾਕ ਦੀਆਂ ਹਾਸੂ ਹੀ ਨਹੀਂ ਗੱਲਾਂ ਨੇ ਮਤਲਬ ਹੱਸੇ ਦੀਆਂ ਗੱਲਾਂ ਦਾ ਕੋਈ ਜਵਾਬ ਥੋੜਾ ਸਕਦਾ ਇਹੋ ਜਿਹੇ ਮਜ਼ਾਕਾਂ ਦਾ ਕੋਈ ਜਵਾਬ ਥੋੜਾ ਹੁੰਦਾ ਕੋਈ ਸੀਰੀਅਸ ਗੱਲ ਹੋਵੇ ਤਾਂ ਜਵਾਬ ਵੀ ਦਿੱਤਾ ਜਾ ਸਕਦਾ ਠੀਕ ਹੈ ਸਿਰਸਾ ਸਾਹਿਬ ਬਹੁਤ ਬਹੁਤ ਮੈਨੂੰ ਕਿਹਾ ਤੇ ਮੈਂ ਜ਼ਰੂਰ ਆਇਆ ਤੁਹਾਡੀ ਗੱਲ ਸੁਣ ਜੀ ਜੀ ਧੰਨਵਾਦ ਸਿਰਸਾ ਸਾਹਿਬ ਬਹੁਤ ਬਹੁਤ ਜੀ ਭਾਜੀ ਸੋ ਕੁਲਵੰਤ ਸਿੰਘ ਬਾਠ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਔਰ ਖੁਦ ਮਨਜਿੰਦਰ ਸਿੰਘ ਸਿਰਸਾ ਜਿਹੜੀਆਂ ਗੱਲਾਂ ਕਰ ਰਹੇ ਨੇ ਦੁੱਧ ਪਾਣੀ ਦਾ ਪਾਣੀ ਹੋਣਾ ਬੜਾ ਜ਼ਰੂਰੀ ਹੈ ਹਾਲਾਂਕਿ ਉਹਨਾਂ ਨੇ ਖੁੱਲ੍ਹ ਕੇ ਕਿਹਾ ਮੈਂ ਸਮਰਾ ਨੂੰ ਜਾਣਦਾ ਨਹੀਂ ਉਹਨੇ ਮੇਰੇ 'ਤੇ ਦੋਸ਼ ਕਿਉਂ ਲਾਏ ਹੈ ਅਤੇ ਉਹ ਡੈਫਾਮੇਸ਼ਨ ਵੀ ਕਹਿੰਦੇ ਮੈਂ ਹਾਲ ਦੀ ਘੜੀ ਨਹੀਂ ਪਾਵਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸਾਰੇ ਕਾਗਜ਼ਾਤ ਪਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਕਿਸ ਪਾਸੇ ਨੂੰ ਜਾਂਦਾ ਹੈ ਇਹ ਦੇਖਣਾ ਬਾਕੀ ਹੈ ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ